ਸਾਰੇ ਵੀਰਾਂ ਦਾ ਧੰਨਵਾਦ ਤੇ ਇਹ ਰੁੱਖ ਜ਼ਿਆਦਾ ਤੋਂ ਜ਼ਿਆਦਾ ਲਗਾਓ। ਅਸੀਂ ਅਪੀਲ ਕਰਦੇ ਹਾਂ ਸਾਰਿਆਂ ਨੂੰ, ਇਲਾਕਾ ਨਿਵਾਸੀਆਂ ਨੂੰ। ਰਿਕਾਰਡ ਤੋੜ ਗਰਮੀ ਨੇ ਜਿੱਥੇ ਲੋਕਾਂ ਨੂੰ ਹਤਾਸ਼ ਕਰ ਦਿੱਤਾ ਹੈ, ਹਾਲਾਂਕਿ ਭਾਰੀ ਮੀਂਹ ਪੈਣ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਵਾਤਾਵਰਨ ਦੇ ਸੰਭਾਲ ਨੂੰ ਦੇਖਦੇ ਹੋਏ ਲੋਕਾਂ ਦੇ ਵੱਲੋਂ ਹੁਣ ਰੁੱਖ ਲਗਾ ਕੇ ਲੋਕਾਂ ਨੂੰ ਸੰਦੇਸ਼ ਵੀ ਦਿੱਤਾ ਜਾ ਰਿਹਾ ਅਤੇ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਨੇ, ਕਿਉਂਕਿ ਰੁੱਖ ਲਗਾਉਣ ਦੇ ਨਾਲ ਆਕਸੀਜਨ ਵੀ ਮਿਲਦੀ ਹੈ ਅਤੇ ਜਿਸ ਤਰ੍ਹਾਂ ਕਿ ਇੱਕ ਕਹਾਵਤ ਕਹੀ ਗਈ ਹੈ ਵੀ ਇੱਕ ਰੁੱਖ ਸੌ ਸੁੱਖ, ਜਿਸ ਨੂੰ ਦੇਖਦੇ ਹੋਏ ਪੰਜਾਬ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅਮਰਕੋਟ ਵਿਖੇ ਆਪਣੇ ਜੱਦੇ ਪਿੰਡ ਦੇ ਵਿੱਚ ਆਪਣੀ ਟੀਮ ਦੇ ਨਾਲ ਰੁੱਖ ਲਗਾਏ ਗਏ ਨੇ। ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇੱਕ ਰੁੱਖ ਸੌ ਸੁੱਖ, ਰੁੱਖਾਂ ਦੇ ਨਾਲ ਆਕਸੀਜਨ ਵੀ ਮਿਲਦੀ ਹੈ ਅਤੇ ਰੁੱਖ ਜਿਹੜਾ ਆ ਉਹ ਸੌ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ। ਹਰ ਇੱਕ ਮਨੁੱਖ ਨੂੰ ਰੁੱਖ ਵੀ ਲਗਾਉਣਾ ਚਾਹੀਦਾ ਅਤੇ ਰੁੱਖ ਲਗਾਉਣ ਦੀ ਸੇਵਾ ਵੀ ਕਰਨੀ ਚਾਹੀਦੀ ਹੈ। ਨਵਜੋਤ ਸਿੰਘ ਅਮਰਕੋਟ ਦੇ ਵੱਲੋਂ ਇਹ ਵੀ ਆਖਿਆ ਗਿਆ ਤੇ ਲੋਕਾਂ ਤੋਂ ਅਪੀਲ ਵੀ ਕੀਤੀ ਗਈ ਕਿ ਵੱਧ ਤੋਂ ਵੱਧ ਰੁੱਖ ਲਗਾਇਆ ਜਾਵੇ। ਇਸ ਮੌਕੇ ਤੇ ਪਹੁੰਚੇ ਕੈਪਟਨ ਭੁਪਿੰਦਰ ਸਿੰਘ ਅਮਰਕੋਟ ਮੈਂਬਰ ਪੰਚਾਇਤ ਹੀਰਾ ਸਿੰਘ ਅਵਤਾਰ ਦੇ ਵੱਲੋਂ ਵੀ ਰੁੱਖ ਲਗਾਉਣ ਦੀ ਅਪੀਲ ਕੀਤੀ ਗਈ ਹੈ। ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਯੂਥ ਕਾਂਗਰਸ ਸੂਬਾ ਪ੍ਰਧਾਨ ਸਕੱਤਰ ਸਰਦਾਰ ਨਵਤੇਜ ਸਿੰਘ ਰਾਹੁਲ ਜੀ, ਉਹ ਨਗਰ ਨਿਵਾਸੀ ਪਿੰਡ ਅਮਰਕੋਟ ਰੱਖ ਦੇ ਵਿਦਾਸਪੁਰਾ ਦੇ ਵਿੱਚ ਜਿਹੜੇ ਬੂਟੇ ਲਾਉਣ ਦਾ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਵਾ ਅਤੇ ਸਾਨੂੰ ਵੀ ਮੌਕਾ ਮਿਲਿਆ ਕਿ ਇਹ ਜਿਹੜਾ ਸ਼ੁਭ ਕੰਮ ਹੈ ਉਹਦੇ ਵਿੱਚ ਹਿੱਸਾ ਪਾਇਆ ਜਾਵੇ ਅਤੇ ਸਾਨੂੰ ਬੜਾ ਮਾਣ ਹੈ ਇਹਨਾਂ 'ਤੇ। ਇਹ ਬੜੇ ਹੀ ਤਰੱਕੀ ਦੇ ਅਤੇ ਲੋਕ ਭਲਾਈ ਦੇ ਕੰਮ ਹਮੇਸ਼ਾ ਹੀ ਕਰਦੇ ਰਹਿੰਦੇ ਆ ਅਤੇ ਅੱਜ ਵੀ ਆ ਸਾਡੇ ਵੀਰ ਹੀਰਾ ਸਿੰਘ ਸਾਡੇ ਅੰਕਲ ਅਤੇ ਇਹ ਆਪਣੇ ਵੀਰ ਟੋਬੂ ਜੀ ਅਤੇ ਇਹ ਆਪਣੇ ਭਾਜੀ ਹੋਣੀ ਦੂਜੇ ਬਡਾਲਾ ਜੌਲ ਤੋਂ ਚੱਲ ਕੇ ਆਏ ਆ। ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਅਤੇ ਇਹ ਰੁੱਖ ਜ਼ਿਆਦਾ ਤੋਂ ਜ਼ਿਆਦਾ ਲਗਾਓ। ਅਸੀਂ ਅਪੀਲ ਕਰਦੇ ਹਾਂ ਸਾਰਿਆਂ ਨੂੰ, ਇਲਾਕਾ ਨਿਵਾਸੀਆਂ ਨੂੰ, ਜਿੰਨੇ ਰੁੱਖ ਆਪਣੇ ਲੱਗਣਗੇ ਬਿਮਾਰੀਆਂ ਤੋਂ ਰਹਿਤ ਹੋਵਾਂਗੇ ਅਤੇ ਸ਼ੁੱਧ ਜਿਹੜੀ ਹਵਾ ਜਿਹੜੀ ਉਹ ਸਾਨੂੰ ਮਿਲੇਗੀ ਅਤੇ ਡਾਕਟਰਾਂ ਦੇ ਕੋਲ ਜਾਣ ਤੋਂ ਪਰਹੇਜ਼ ਕੀਤਾ ਜਾਊਗਾ। ਇੰਨੀਆਂ ਅਸੀਂ ਬੇਨਤੀਆਂ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।